ਸੋਹਣਾ ਗਾਣਾ ਪਹਿਲਾਂ ਲੱਭਣ ਦੇ ਰੋਮਾਂਟਿਕ ਚੱਲ ਤੂੰ ਗਾ ਦੇ ਮੈਂ ਕਿਉਂ ਗਾਵਾਂ ਯਾਰ ਕੁਝ ਚੰਗਾ ਤਾਂ ਪਲੇ ਨਹੀਂ ਹੋ ਰਿਹਾ ਪੂਰੇ ਰੇਡੀਓ ਸਟੇਸ਼ਨਾਂ ਤੇ ਸਾਹਮਣੇ ਕੁਝ ਕਾਲਜ ਬੱਚੀਆਂ ਬੈਠੀਆਂ ਓਹ ਹੋ ਅਰੀਜੀਤ ਦਾ ਗਾਣਾ ਲਾਵਾਂ ਕੋਈ ਰੋਮਾਂਟਿਕ ਚੱਲ ਚਲੋ ਕਿਤੇ ਕੋ ਬਲੂਟੂਥ ਆ ਨਿਕਾ 217 ਸਵਾਲ ਆ ਚੁੱਕੇ ਹੀ ਜਾਣਾ ਕਿੱਥੇ ਦੱਸ ਤੂੰ ਚਲੋ ਕਿਤੇ ਸੋਹਣੀ ਜਗ੍ਹਾ ਤੇ ਲਾ ਕੇ ਜਾ ਅੱਜ ਮੈਂ ਪਤਾ ਸਟੇਜ ਤੇ ਕਹਿਤਾ ਸੀ ਅਨਾਉਂਸ ਕਰਤਾ ਸੀ ਕਿ ਤੂੰ ਨੂੰ ਗੇੜੀ ਤੇ ਲਾ ਜਾਣਾ ਕਿੱਥੇ ਤੂੰ ਲੌਂਗ ਡਰਾਈਵ ਤੇ ਹੈਡ ਸਾਊਥ ਈਸਟ ਦੈਨ ਟਰਨ ਰਾਈਟ ਕੀ ਕਹਿੰਦੀ ਆ ਹੈਡ ਸਾਊਥ ਈਸਟ ਇਹਦਾ ਕੋਰਸ ਪਹਿਲੀ ਵਾਰ ਜਦੋਂ ਪਿੰਡੋਂ ਨਿਕਲਿਆ ਮੈਂ ਫੜ ਲਿਆ ਆਟੋ ਗੱਡੀ ਵਿੱਚ ਬੈਠੀ ਆ ਇਹਦਾ ਨਾਂ ਹੈ ਕਾਟੋ ਇਹਦਾ ਨਾਂ ਹੈ ਕਾਟੋ ਆ ਜਿਹੜੀ ਗੱਡੀ ਵਿੱਚ ਬੈਠੀ ਆ ਇਹਦਾ ਨਾਂ ਹੈ ਕਾਟੋ ਮੈਂ ਪਾਏ ਆ ਸ਼ੂ ਨਾਇਕੀ ਦੇ ਇਹਨੇ ਪਾਏ ਆ ਬਾਟੋ ਸਨੈਪਚੈਟ ਦਾ ਥੋੜਾ ਪਾਰਟ ਰਹਿ ਗਿਆ ਸਭ ਲੋਕਾਂ ਨੂੰ ਟਾਟੋ ਮੰਕੀ ਤੇ ਬਣਾ ਮੰਕੀ ਤੇ ਪੁੱਠੇ ਸਿੱਧੇ ਕੰਮ ਕਰਦਾ ਮੈਂ ਜਿਵੇਂ ਕਰਦਾ ਡੌਂਕੀ ਮੈਨੂੰ ਪਿਆਰ ਨਾ ਕਹਿੰਦੇ ਨੇ ਕਈ ਲੋਕੀ ਮੌਂਕੀ ਉਹ ਮੈਨੂੰ ਪਿਆਰ ਨਾ ਕਹਿੰਦੇ ਨੇ ਕਈ ਲੋਕੀ ਮੌਂਕੀ ਤੈਨੂੰ ਪਤਾ ਘੱਟੋ ਘੱਟ ਆਪਾਂ ਨੂੰ ਸਾਲ ਹੋ ਗਿਆ ਇਕੱਠੇ ਨੂੰ ਤੁਰੇ ਫਿਰਦੇ ਇੱਥੇ ਸਾਲ ਤੋਂ ਜ਼ਿਆਦਾ ਹੋ ਗਿਆ ਸਾਲ ਤੋਂ ਜ਼ਿਆਦਾ ਨਾ ਮੈਂ ਇਹਨੂੰ ਨਾ ਵਨ ਆਫ ਮਾਈ ਫਰੈਂਡ ਮੈਨੂੰ ਪੂਰਨ ਤੋਂ ਫੋਨ ਕੀਤਾ ਮੈਂ ਕਿਹਾ ਵੀ ਇੱਦਾਂ ਜੈਸਮੀਨ ਮੈਂ ਤੇਰਾ ਫੈਨ ਆ ਵੀ ਤੇਰੇ ਘੈਂਟ ਗਾਣੇ ਆ ਵੀ ਮੈਂ ਤੇਰੇ ਨਾਲ ਗਾਣਾ ਕਰਨਾ ਮੈਂ ਕਿਹਾ ਗਾਣਾ ਸੁਣਾ ਸਿੱਧਾ ਹੀ ਫੋਨ ਤੇ ਪਹਿਲੀ ਵਾਰ ਗੱਲ ਹੋਈ ਫੋਨ ਤੇ ਕਹਿੰਦਾ ਗਾਣਾ ਸੁਣਾ ਐਂਡ ਆਈ ਸੈਡ ਅੱਛਾ ਦੈਟਸ ਫਾਈਨ ਐਂਡ ਫਿਰ ਮੈਂ ਮੁਸਕਾਨ ਗਾਤਾ ਹੀ ਵਾਂਟਡ ਟੂ ਹੀਅਰ ਮੁਸਕਾਨ ਆਈ ਸੰਗ ਇਟ ਤੇ ਫਿਰ ਬਸ ਤੈਨੂੰ ਮੈਂ ਨਾ ਇੰਡੀਆ ਕੇ ਫਿਰ ਇੰਡੀਆ ਆ ਕੇ ਮੈਂ ਨਾ ਮੈਂ ਕਿਹਾ ਯਾਰ ਚਲੋ ਪਹਿਲਾਂ ਨਾ ਮੇਰਾ ਗਾਣਾ ਆਇਆ ਸੀ ਨਸੀਬੋ ਲਾਲ ਜੀ ਨਾ ਫਿਰ ਉਦੋਂ ਬਾਅਦ ਨਾ ਤੇਰਾ ਵੀ ਦਿਲ ਟੁੱਟਣ ਨਸੀਬੋ ਜੀ ਨਾਲ ਕਰੂੰਗਾ ਤੇ ਗੱਬੇ ਆ ਗਿਆ ਇੱਕ ਬੰਦਾ ਕੰਪਨੀ ਹਾਂਜੀ ਗੱਬੇ ਆ ਗਿਆ ਇੱਕ ਬੰਦਾ ਕੰਪਨੀ ਵਾਲਾ ਤੇ ਉਹ ਕਹਿੰਦਾ ਏਦਾਂ ਦਾ ਕਰਕੇ ਜੀ ਮੇਰੀ ਕੰਪਨੀ ਚ ਗਾਣਾ ਆਊਗਾ ਮੈਂ ਕਿਹਾ ਮੈਂ ਜਿਹੜੀ ਫਰੈਸ਼ ਬਿਊਟੀ ਰੈਕੋਰਡ ਲਾਈ ਮੈਂ ਅੰਡੇ ਦਿਨ ਬਣਾਈ ਹੈ ਮੇਰੀ ਕੰਪਨੀ ਜਾਊਗਾ ਗਾਣਾ ਐਨੀਵੇ ਕਰਦੇ ਕਰਾਉਂਦੇ ਜੀ ਜੈਸਮੀਨ ਵੀ ਮਕਲੋੜਗੰਜ ਤੁਰੀ ਫਿਰਦੀ ਸੀ ਮੈਂ ਵੀ ਮੈਂ ਸੀ ਨਾ ਮੈਂ ਕਿਸੇ ਦੀ ਕੈਂਸਰ ਦੀ ਦਵਾ ਲੈਣ ਗਿਆ ਸੀ ਇਹ ਯਾਰਾਂ ਦੋਸਤਾਂ ਨਾਲ ਗਈ ਸੀ ਤੇ ਨਾ ਮੈਂ ਫੋਨ ਕੀਤਾ ਮੈਂ ਕਿਹਾ ਏਦਾਂ ਕਰਕੇ ਵੀ ਤੁਸੀਂ ਕਿੱਥੇ ਹੋ ਇਹਦੀ ਸਿਸਟਰ ਨੇ ਪਹਿਲਾਂ ਫੋਨ ਚੱਕਿਆ ਕਹਿੰਦੀ ਇੰਗਲਿਸ਼ ਬੋਲੀ ਬਹੁਤ ਭਰਾਵਾ ਵੱਡੇ ਵੱਡੇ ਮੈਨੇਜਰ ਰੱਖੇ ਆ ਤੇ ਕਰਦੇ ਕਰਾਉਂਦੇ ਮੈਂ ਕਿਹਾ ਵੀ ਇੱਧਰ ਕਰਕੇ ਆਵਾਂ ਨਾ ਡੂ ਟਰੈਕ ਵੀ ਕਹਿੰਦੀ ਚਲੋ ਦੇਖਦੇ ਹਾਂ ਇਹ ਸਟੂਡੀਓ ਆ ਗਈ ਸਟੂਡੀਓ ਆ ਕੇ ਮੈਂ ਕਿਹਾ ਵੀ ਉਹ ਭਾਬੀ ਸੁਣ ਕਹਿੰਦੀ ਮੈਂ ਸਹੀ ਭਾਬੀ ਭੂਬੀ ਬਣਨਾ ਅੱਛਾ ਸਹੀ ਕਿਹਾ ਸੀ ਆਹਾ ਬੇ ਠੀਕ ਹੈ ਪਰ ਚਲੋ ਜਿੱਦਾਂ ਮਰਜ਼ੀ ਆ ਤਾਂ ਤਿੰਨ ਧੱਕੇ ਨਾ ਕਰਾਇਆ ਜਿੱਦਾਂ ਮਰਜ਼ੀ ਗਾਣਾ ਕਰਾਇਆ ਲੱਡੂ ਗਾਣਾ ਸਾਡਾ ਚੱਲ ਗਿਆ ਇਹਦਾ ਬੈਸ Laddu was a really special song in my life because before that I never thought that I would be well suited for a song like this and when he believed in me he said you have to do the song and I know of course no Naseebul Lal would have done it if there was no issues but I'm so happy I got to do it because it gave me the confidence that I could do Punjabi songs for Punjab so aage hai record ho janda hai acha so then release hona si pehla bomb jatt yo chali janda haan chalo release hona si pehla bomb jatt but this one is you know number 1 in every game so he just wants to you know
ਘਰ ਤੱਕ ਆਇਆ ਨਾ, ਇੱਕ ਦਿਨ ਚ ਰਿਕਾਰਡ ਕੀਤਾ, ਰਾਤੀ ਸੂਟ ਸਾਟ ਸਵਾ ਤੇ ਮੇਰੇ, ਫਿਰ ਸਵੇਰੇ ਵੀਡੀਓ ਸ਼ੂਟ ਕੀਤੀ, ਚਾਰ ਦਿਨਾਂ ਚ ਗਾਣਾ ਆਊਟ ਫਰੈਸ਼ ਮੀਡੀਆ ਤੇ, ਤੇ ਮਾਈ ਲਾਈਫ ਵਾਸ ਨੈਵਰ ਦ ਸੇਮ। ਚਲੋ ਵੈਰੀ ਗੁੱਡ। ਅੱਛਾ ਯੂ ਕੰਟੀਨਿਊ। ਹਾਂਜੀ ਤੇ ਚਲੋ ਵੈਰੀ ਗੁੱਡ। ਨਹੀਂ ਨਹੀਂ ਗਾਣਾ ਆ ਗਿਆ ਤੇਰਾ, ਲੱਡੂ ਆ ਗਿਆ, ਉਦੋਂ ਬਾਅਦ ਆ ਗਿਆ ਤੇਰਾ ਉਹ ਮੁਛਾਲੇ ਭਾਈ ਦੇ ਨਾਲ ਗਾਣਾ, ਮੁਛਾਲੇ ਭਾਈ ਦੇ ਨਾਲ ਗਾਣਾ ਆ ਗਿਆ ਤੇਰਾ, ਤੇ ਗਾਣੇ ਤੇਰੇ ਬੋਰੀ ਬਹੁਤ ਦੋਨੇ। ਫਿਰ ਗਾਣਾ ਆਇਆ ਆਪਾਂ ਨਾ ਇੰਟੈਂਸ ਦੇ ਕੋਲ ਸੀਗੇ ਉੱਥੇ ਸਰੀ ਵਿੱਚ, ਪਾਰਟੀ ਪੂਰਟੀ ਕੀਤੀ ਸੀਗੀ ਤੇ ਮਿਊਜ਼ਿਕ ਵੱਜੇ ਉਹ ਮਿਹਨਤੇ ਵਾਲੀ ਬੀਟ, ਜਿੱਦਾਂ ਜਿਹੜਾ ਮਿਹਨਤੇ ਗਾਣਾ, ਮਿਹਨਤੀ ਗਾਣਾ ਜਿਹੜਾ ਚੱਲਦਾ ਹੁੰਦਾ। ਮੈਂ ਕਿਹਾ ਬਈ ਮੈਂ ਉੱਠਿਆ, ਸੋ ਮੈਂ ਕਿਹਾ ਇਹਨੂੰ ਬੀਟ ਜਿਹੀ ਦੁਬਾਰੀ ਲਾ, ਮੈਨੂੰ ਲੱਗਦਾ ਮੈਂ ਥੋੜਾ ਜਿਹਾ ਪਹਿਲਾਂ ਲਿਖਿਆ ਸੀਗਾ ਮੁੰਡਾ ਚੁੱਪੀ ਦੇ ਨੇ ਜਿਹੇ ਜਿਹੇ ਹੱਥੇ ਯਾਰ। ਯਾ ਤੂੰ ਲਿਖਿਆ ਸੀਗਾ ਐਂਡ ਯੂ ਸੇ ਕਿ ਇਸ ਚੀਜ਼ ਨੂੰ ਆਪਾਂ ਸਾਂਭ ਕੇ ਰੱਖਣਾ ਕਿ ਜਿੱਤੇ ਕਿਵੇਂ ਪੜ ਸਕਦਾ, ਰਾਈਟ? ਹਾਂ ਮੈਂ ਇੰਟੈਂਸ ਹੋ ਗਿਆ, ਮੈਂ ਕਿਹਾ ਬੀਟ ਬਹੁਤ ਘੈਂਟ ਹੈ, ਮੈਂ ਅਕੇਲੀ ਬਣਾਈ ਆ, ਕਿੰਦਾ ਜੁੱਪੀ ਦੇ ਨਜਾਇਜ਼ ਹਥਿਆਰ ਵਰਗਾ। ਜੁੱਪੀ ਦੇ ਨਜਾਇਜ਼ ਹਥਿਆਰ ਅਸੀਂ ਮੈਨੂੰ ਲੱਗਦਾ ਸਵੇਰੇ 10 ਵਜੇ ਮੈਂ ਥੋੜਾ ਡੱਬ ਕੀਤਾ, ਜਦੋਂ ਤੂੰ ਮੈਨੂੰ ਲੱਗਦਾ ਕਲੱਬ ਬਹੁਤ ਜਾਂਦਾ ਹੁੰਦਾ ਇੰਗਲੈਂਡ ਵਿੱਚ, ਮੈਂ ਉੱਥੇ ਗਾਣਾ ਚੱਲ ਆਉਂਦਾ ਮੁੰਡਿਆਂ ਤੂੰ ਬਚ ਕੇ ਰਹੀ, ਨਹੀਂ ਤੂੰ ਹੁਣੇ ਹੁਣੇ ਹੋਈ ਮੁੰਡਿਆਰ ਮੁੰਡਿਆਂ, ਮੈਂ ਬਚ ਕੇ ਨਹੀਂ ਚੱਲਿਆ ਆ ਗਾਣਾ। ਹਾਲੇ ਵੀ ਮੇਰੇ ਜਹਿਨ 'ਚ ਇੱਕ ਗਾਣਾ ਇੱਦਾਂ ਦਾ ਬਣਾਉਣਾ ਮੁੰਡਿਆਂ ਤੋਂ ਬਚ ਕੇ ਰਹੀ, ਕਿਉਂਕਿ ਮੁੰਡਿਆਂ ਕੋਲ ਬਚ ਕੇ ਰਹੀ ਪੰਜਾਬ ਨੂੰ ਰਿਪ੍ਰੈਜ਼ੈਂਟ ਕਰਦਾ ਵਰਲਡ ਵਾਈਡ। ਆਈ ਗਿਵ ਯੂ 1 ਮੰਥ ਐਂਡ ਤੈਨੂੰ ਪਤਾ ਜੇ ਤੈਨੂੰ ਮੈਂ ਕਹਤਾ ਕਿ ਤੂੰ 1 ਮਹੀਨੇ 'ਚ ਬਣਾ ਕੇ ਗਾਣਾ ਰਿਲੀਜ਼ ਕਰ ਦੇ, ਤੈਨੂੰ ਕਰਨਾ ਪੈਣਾ ਆ। ਚਲ ਠੀਕ ਹੈ, ਆਈ ਗਿਵ ਯੂ 1 ਮੰਥ, ਠੀਕ ਹੈ, ਆਈ ਗਿਵ ਮੀ ਐਟ ਲੀਸਟ 6 ਮੰਥ। 6 months ਤੂੰ 5 ਮਿੰਟਾਂ 'ਚ ਇਲੀਗਲ ਵੈਪਨ ਲਿਖ ਲਿਆ ਸੀ ਜਿੰਨੇ ਸਾਰੀ ਗੇਮ ਖਤਮ ਕਰਤੀ ਪੰਜਾਬੀ ਇੰਡਸਟਰੀ। ਨਾ ਨਾ ਬਟ ਆਈ ਨੀਡ ਲੀਸਟ 6 ਮੰਥ ਬਿਕੋਜ਼ ਜਿਹੜਾ ਮੁੰਡੇ ਤੋਂ ਬਚ ਕੇ ਨਹੀਂ। ਚਲ ਠੀਕ ਹੈ, ਹਾਂ ਬਾਏ ਮਾਈ ਬਰਥਡੇ ਸੈਪਟੈਂਬਰ। ਲੋਕੀ ਜਾਂਦੇ ਆ ਬੰਬੇ, ਮਫ ਮੇਰਾ ਪਹਿਲਾ ਗਾਣਾ ਆ ਰਿਹਾ ਟੂਰੀ ਲੈਂਸ ਦੇ ਨਾਲ, ਮੈਂ ਸਿੱਧਾ ਅਮਰੀਕਾ। ਮਿੱਤਰਾ 2010 ਵਿੱਚ ਮੇਰਾ ਪਹਿਲਾ ਗਾਣਾ ਆਇਆ ਸੀ, 2010 'ਚ 2018 ਚੱਲ ਰਿਹਾ। ਇਹ ਤਾਂ ਸਾਰੇ ਫੈਨਸ ਦਾ ਥੈਂਕਸ ਆ ਜਿਹਨਾਂ ਨੂੰ ਮੇਰੀ ਆਵਾਜ਼ ਚੰਗੀ ਲੱਗਦੀ ਹੈ, ਨਹੀਂ ਤਾਂ ਬੜੇ ਆਏ ਤੇ ਬੜੇ ਚਲੇ ਗਏ। ਤੇ ਬਾਕੀ ਗੱਲ ਰਹੀ ਆ 2010 ਤੋਂ ਲੈ ਕੇ 2018 ਤੱਕ ਇਕੱਲੇ ਫਰੀ ਦਾ ਕਰਕੇ, ਕਿਸੇ ਨੇ ਕੋਈ ਧੋਖਾ ਨਹੀਂ ਕੀਤਾ। ਆਪਾਂ ਐਵੇਂ ਬੌਂਸਰ ਬੌਂਸਰ ਲੈ ਕੇ ਨਹੀਂ ਘੁੰਮੀਦਾ, ਜਿੱਦਾਂ ਨੇ ਇੱਥੇ ਸਾਲਾ ਸ਼ੋਪਿੰਗ ਮੌਲ 'ਚ ਵੀ ਜਾਣਾ ਵੀ ਬੌਂਸਰ ਇਹਨੇ ਘੱਲਾ ਕੇ ਜਾਣਾ। ਤੇ ਦੋ ਕੁ ਲੈਣਾ ਆ ਕਾਹਲੀ ਕਾਹਲੀ ਸੁਣਾਉਣ ਲੱਗਾ, ਉਹ ਫੀਲਿੰਗ ਪੂਰੀ ਆ ਜੇਬ 'ਚ ਧੇਲਾ ਨੀ, ਉਹ ਕੱਲਾ ਰਹਿਣਾ ਵਾ ਨਾਲ ਕੋਈ ਚੇਲਾ ਨੀ, ਜਿੱਧਰੋਂ ਦੀ ਲੰਘਾ ਮੈਂ ਜਿੱਧਰੋਂ ਦੀ ਲੰਘਾ ਮੈਂ, ਲੋਕੀ ਚੁਕਾਉਂਦੇ ਵੇਖ ਤੋਂ ਮੈਂ ਹੂੰ ਡੋਂ ਮੈਂ।